ਅਸੀਂ ਕੈਨੇਡਾ ਸੀਗੇ, ਉਹ ਛੋਟਾ ਜਿਹਾ ਸੀਗਾ, ਆਈ ਥਿੰਕ 6 ਸਾਲ ਦਾ ਹੋਣਾ। ਉੱਥੇ ਇੱਕ ਸਟੋਰ ਸੀਗਾ, ਅਸੀਂ ਸ਼ੋਪਿੰਗ ਕਰ ਰਹੇ ਸੀ, ਮੇਰੇ ਫੈਨਸ ਉੱਥੇ ਮਿਲ ਗਏ। ਉਹਨੂੰ ਇੱਦਾਂ ਸੀ ਕਿ ਸ਼ਾਇਦ ਮੰਮਾ ਦੀ ਕੋਈ ਕੋਈ ਐਵੇਂ ਜਾਣ ਪਛਾਣ ਵਾਲਾ ਕੋਈ ਮਿਲ ਗਿਆ। ਕਈ ਦੇਰ ਤਾਂ ਉਹ ਇੱਦਾਂ ਇੱਦਾਂ ਕਰਕੇ ਉਹਨਾਂ ਵੱਲ ਦੇਖੇ, ਫਿਰ ਮੇਰੇ ਵੱਲ ਦੇਖੇ, ਫਿਰ ਉਹਨਾਂ ਵੱਲ ਦੇਖੇ, ਫਿਰ ਮੇਰੇ ਵੱਲ ਦੇਖੇ। ਜਦੋਂ ਵੱਡਾ ਹੋਇਆ ਉਹ ਗ੍ਰੇਡ 10 ਇੱਥੋਂ ਕਰਕੇ ਗ੍ਰੇਡ 11 ਐਂਡ 12 ਫਿਰ ਮੈਂ ਉਹਨੂੰ ਉੱਥੇ ਪੜ੍ਹਨ ਪਾਤਾ ਸੀ, ਕਿਉਂਕਿ ਉਸ ਤੋਂ ਬਾਅਦ ਉਹਨੇ ਯੂਨੀਵਰਸਿਟੀ ਜਾਣਾ ਸੀ। ਉੱਥੇ ਜਦੋਂ ਸ਼ੁਰੂ ਕੀਤਾ, ਉਹਨੂੰ ਮੈਂ ਕਿਹਾ ਕਿ ਤੈਨੂੰ ਆਪਣੀ ਪੋਕਿਟ ਮਨੀ ਹੁਣ ਖੁਦ ਅਰਨ ਕਰਨੀ ਪੈਣੀ। ਹੀ ਵਾਜ਼ ਵਰਕਿੰਗ ਐਟ ਅ ਸਟੋਰ। ਉੱਥੇ ਅਸੀਂ ਗਰੋਸਰੀ ਕਰਨ ਗਏ, ਟਰਾਲੀ ਲਿੱਤੀ, ਲੈ ਕੇ ਸ਼ੋਪਿੰਗ ਕਰ ਰਹੇ ਹਾਂ ਬੱਚੇ। ਉਦੋਂ ਮੇਰੀ ਆਹ ਬੜੀ ਹਿੱਟ ਹੋਈ ਸੀ ਸਿਟੀ ਤੇ ਸਿਟੀ 'ਚ, ਔਰ ਉੱਥੇ ਪਤਾ ਲੱਗ ਗਿਆ ਕਿ ਕਮਲਜੀਤ ਨੀਰੂ, ਸਾਰੇ ਕਹਿੰਦੇ ਕਮਲਜੀਤ ਨੀਰੂ ਸ਼ੀਜ਼ ਇਨ ਦਾ ਸਟੋਰ, ਬੱਚੇ ਕੰਮ ਛੱਡ ਕੇ ਆ ਗਏ। ਐਂਡ ਮੇਰਾ ਬੇਟਾ ਸਾਰੰਗ ਉਹ ਬਾਹਰ ਟਰੋਲੀਜ਼ ਇਕੱਠੀਆਂ ਕਰ ਰਿਹਾ ਸੀਗਾ ਸਟੋਰ ਦੇ ਬਾਹਰੋਂ ਨਾ, ਕਿਉਂਕਿ ਹਰ ਤਰ੍ਹਾਂ ਦੇ ਕੰਮ ਜਦੋਂ ਤੁਸੀਂ ਉੱਥੇ ਕਰਦੇ ਹੋ, ਤੁਸੀਂ ਕੈਸ਼ੀਅਰ 'ਤੇ ਥੋੜ੍ਹੇ ਘੰਟੇ ਹੁੰਦੇ ਹੋ, ਥੋੜ੍ਹੇ ਘੰਟੇ ਤੁਹਾਨੂੰ ਐਜ਼ ਅ ਮਰਚੈਂਡਾਈਜ਼ ਤੁਹਾਨੂੰ ਸ਼ੈਲਸ ਵਗੈਰਾ ਫਿਲਅਪ ਕਰਨੀਆਂ ਪੈਂਦੀਆਂ, ਫਿਰ ਤੁਹਾਨੂੰ ਟਰੋਲੀਜ਼ ਵੀ ਬਾਹਰੋਂ ਇਕੱਠੀਆਂ ਕਰਨੀਆਂ। ਦਿਸ ਇਜ਼ ਦਾ ਪ੍ਰੋਸੈਸ, ਦਿਸ ਇਜ਼ ਹਾਓ ਇਟ ਇਜ਼। ਇਹ ਨਹੀਂ ਕਿ ਜੇ ਤੁਸੀਂ ਇਨ ਦੋਜ਼ ਡੇਜ਼, ਦਿਸ ਇਜ਼ ਹਾਓ ਇਟ ਵਾਜ਼। ਜੀ, ਥੋੜ੍ਹੀ ਦੇਰ ਬਾਅਦ ਇਹ ਆਇਆ, ਇਹਨੇ ਹੱਥ 'ਚ ਮੋਪ ਫੜਿਆ ਹੋਇਆ। ਯੂ ਨੋ, ਆਈ ਐਮ ਸੋ ਪ੍ਰਾਊਡ ਆਫ ਹਿਮ, ਹੀ ਇਜ਼ ਸੱਚ ਅ ਗੁੱਡ ਕਿਡ। ਯੂ ਨੋ ਕਿ ਉਹਨੇ ਕਦੇ ਵੀ, ਉਹਨੇ ਵੀ ਇਕੱਲਾ ਮੇਰੇ ਵੱਲੋਂ ਨਹੀਂ, ਉਹਨੇ ਵੀ ਕਦੇ ਇਹ ਨਹੀਂ ਫੀਲ ਕੀਤਾ ਕਿ ਮੈਂ ਕਮਲਜੀਤ ਨੀਰੂ, ਮੈਂ ਇੱਕ ਸਟਾਰ ਦਾ ਬੱਚਾ ਹਾਂ। ਉਹਨੂੰ ਐਂ ਸੀ ਕਿ ਮੰਮਾ ਤਾਂ ਮੰਮਾ ਦੀ ਆਪਣੀ ਜਗ੍ਹਾ ਆ, ਪਰ ਮੈਂ ਵੀ ਪੜ੍ਹ ਲਿਖ ਕੇ ਮੈਂ ਕੁਛ ਬਣਨਾ ਆ। ਠੀਕ ਆ। ਸੋ ਉਹਨੇ ਆਇਆ, ਉਦੋਂ ਟਰੋਲੀਸ ਇਕੱਠੀਆਂ ਕਰ ਰਿਹਾ ਸੀ, ਜਦੋਂ ਉਹਨੂੰ ਪਤਾ ਲੱਗਿਆ, ਉਹਨੇ ਮੋਪ ਚੱਕਿਆ ਸਟੋਰ ਦੇ ਵਿੱਚ, ਬਹੁਤ ਵੱਡਾ ਸਟੋਰ ਉੱਥੇ ਹੈਗਾ, ਸੁਪਰ ਸਟੋਰ, ਉੱਥੇ ਜੋਬ ਕਰਦਾ ਸੀ। ਆ ਕੇ ਕਹਿੰਦਾ, ਹਾਏ ਮੋਮ, ਹਾਓ ਆਰ ਯੂ? ਐਂਡ ਉਹਨੇ ਕਿਸੇ ਨੂੰ ਨਹੀਂ ਸੀ ਦੱਸਿਆ ਹੋਇਆ ਕਿ ਕਮਲਜੀਤ ਨੀਰੂ ਮੇਰੇ ਮੰਮਾ ਨੇ। ਉੱਥੇ ਜਦੋਂ ਉਹਨਾਂ ਨੇ ਦੇਖਿਆ, ਐਂਡ ਸਾਰੇ ਦੇ ਉਹ ਕਦੀ ਉਹਦੇ ਵੱਲ ਦੇਖਣ, ਕਦੀ ਮੇਰੇ ਵੱਲ ਦੇਖਣ, ਕਦੀ ਉਹ, ਹਾਂ, ਕਿ ਕਮਲਜੀਤ ਨੀਰੂ ਦਾ ਬੇਟਾ, ਹੀ ਇਜ਼ ਵਰਕਿੰਗ ਹੇਅਰ। ਮੈਂ ਕਿਹਾ, ਯਾ। ਐਂਡ ਉਹਨੇ ਬੜੀ ਪ੍ਰਾਊਡਲੀ, ਹੀ ਵਾਜ਼ ਸੋ ਪ੍ਰਾਊਡ ਆਫ ਹਿਮਸੈਲਫ ਕਿ ਲੁੱਕ ਐਟ ਮੀ, ਆਈ ਐਮ ਜਸਟ ਲਾਈਕ ਐਵਰੀਬਡੀ ਐਲਸ। ਇਹ ਨਹੀਂ ਕਿ ਮੈਂ ਜੇ ਕਮਲਜੀਤ ਨੀਰੂ ਦਾ ਬੇਟਾ ਤਾਂ ਮੈਂ ਇੱਥੇ ਨਹੀਂ ਕੰਮ ਕਰਨਾ, ਮੈਂ ਆਹ ਨਹੀਂ ਕਰਨਾ। ਉਹਨੇ ਗਰਾਸ ਰੂਟਸ ਤੋਂ ਲੈ ਕੇ ਉੱਥੋਂ ਕੰਮ ਕਰਕੇ ਫਿਰ ਉਹਨੇ ਹੌਲੀ ਹੌਲੀ ਉਹਨੂੰ, ਵਾਈਲ ਹੀ ਵਾਜ਼ ਸਟੱਡਿੰਗ, ਹੀ ਵਾਜ਼ ਵੈਰੀ ਇੰਟੈਲੀਜੈਂਟ। ਉਹਨੇ ਸਕੋਸ਼ੀਆ ਬੈਂਕ ਵਾਲੇ ਉਹਨੂੰ ਲੈ ਗਏ ਕਿ ਸਾਡੇ ਨਾਲ ਕੰਮ ਕਰੋ। ਉੱਥੇ ਉਹਨੇ ਥੋੜ੍ਹੀ ਦੇਰ ਕੰਮ ਕੀਤਾ, ਫਿਰ ਅਨਦਰ ਬੈਂਕ, ਦੈਨ ਅਨਦਰ ਬੈਂਕ, ਦੈਨ ਆਲ ਆਫ ਅ ਸਡਨ ਹੀ ਡਿਸਾਈਡਿਡ ਕਿ ਨਹੀਂ, ਬੈਂਕਿੰਗ ਮੇਰੇ ਮਤਲਬ ਦੀ ਜੋਬ ਨਹੀਂ ਆ, ਆਈ ਜਸਟ ਵਾਂਟ ਟੂ ਗੋ ਇਨ ਟੂ ਦਾ ਪੁਲਿਸ। ਪੁਲਿਸ 'ਚ ਜਾਣ ਲਈ ਤੁਹਾਨੂੰ ਤੁਹਾਡੀ ਜਿਹੜੀ ਬੈਕਗਰਾਊਂਡ ਆ ਉਹਦੇ 'ਚ ਕੁਛ ਨਾ ਕੁਛ ਚਾਹੀਦਾ ਹੁੰਦਾ ਕਿ ਤੁਸੀਂ ਰਿਗਾਰਡਿੰਗ ਦੈਟ, ਤੁਸੀਂ ਕੋਈ ਰੈਫਰੈਂਸਿਸ ਚਾਹੀਦੇ ਹੁੰਦੇ, ਫੋਰ ਐਗਜ਼ਾਮਪਲ ਸਿਕਿਉਰਿਟੀ ਦੀ ਜੋਬ। ਉਹਨੇ ਉੱਥੋਂ ਫਿਰ ਦੁਬਾਰਾ ਤੋਂ ਸਿਕਿਉਰਿਟੀ ਦੀ ਜੋਬ ਸ਼ੁਰੂ ਕੀਤੀ। 3-4 ਸਾਲ ਉਹਨੇ ਸਿਕਿਉਰਿਟੀ ਦੀ ਜੋਬ ਕਰਕੇ ਆਪਣਾ ਰੈਫਰੈਂਸ ਬਣਾ ਕੇ ਸਾਰੀ ਤਿਆਰੀ ਕਰਕੇ, ਦੈਨ ਹੀ ਅਪਲਾਈਡ RCMP, and today I'm so proud of him. So I love you, beta.